FP 5, 5 each overall 6 ਵਾਲੇ ਸਟੂਡੈਂਟ ਦੀ ਗੱਲ ਕਰਾਂਗੇ ਸਾਲ 2018 ਦੇ ਵਿੱਚ SPP ਪ੍ਰੋਗਰਾਮ ਬੰਦ ਕੀਤਾ ਜਾਂਦਾ ਹੈ STS ਪ੍ਰੋਗਰਾਮ ਇੰਟਰੋਡਿਊਸ ਕੀਤਾ ਜਾਂਦਾ ਤੇ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ 6 ਓਵਰਆਲ ਸੀ ਜਾਂ ਤਾਂ ਇੱਕ ਮੋਡਿਊਲ ਦੇ ਵਿੱਚੋਂ 5.5 ਤੇ ਜਾਂ ਦੋ ਮੋਡਿਊਲ ਦੇ ਵਿੱਚੋਂ 5.5 ਸੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਉਹਨਾਂ ਦਾ ਅਧੂਰਾ ਰਹਿ ਗਿਆ ਸੀ ਕਿਉਂਕਿ ਲੈਂਗੁਏਜ ਦੀ ਰਿਕੁਆਇਰਮੈਂਟ ਵਧਾ ਦਿੱਤੀ ਗਈ ਸੀ ਉਸ ਤੋਂ ਬਾਅਦ ਬਹੁਤ ਸਾਰੇ ਸਟੂਡੈਂਟ ਨੇ ਪੀਟੀ ਕੀਤੀ ਕਈਆਂ ਦੇ पीटी ਦਾ ਸਕੋਰ ਵੀ ਆ ਗਿਆ ਉਸ ਤੋਂ ਬਾਅਦ ਪੀਟੀ ਤੇ ਵੀਜ਼ਾ ਵੀ ਆ ਗਏ ਬਟ ਕਈ ਵਿਚਾਰੇ ਹਲੇ ਵੀ ਉਸ ਕਸ਼ਮਕਸ਼ ਦੇ ਵਿੱਚ ਹੀ ਸੀ ਉਹਨਾਂ ਸਟੂਡੈਂਟ ਦੇ ਲਈ ਦੁਬਾਰਾ ਫਿਰ ਇੱਕ ਚੰਗਾ ਮੌਕਾ ਕੈਨੇਡਾ ਸਟੱਡੀ ਵੀਜ਼ਾ ਤੇ ਜਾਣ ਦਾ ਕਿਉਂਕਿ 5.5 ਈਚ ਓਵਰਆਲ 6 ਚਾਹੀਏ ਤੁਹਾਡੇ ਇੱਕ ਮੋਡਿਊਲ ਚੋਂ 5.5 ਆ ਚਾਹੇ ਤੁਹਾਡੇ ਦੋ ਮੋਡਿਊਲ ਦੇ ਵਿੱਚੋਂ 5.5 ਆ ਉਸ ਤੇ ਡਿਸੀਜਨ ਬਹੁਤ ਚੰਗੇ ਆ ਰਹੇ ਆ STS ਦਾ ਪ੍ਰੋਸੈਸਿੰਗ ਟਾਈਮ ਬਹੁਤ ਘੱਟ ਹੈ ਸਿਰਫ 20 ਦਿਨਾਂ ਦੇ ਵਿੱਚੋਂ 2 ਤੋਂ 5 ਓਵਰঅল 6 ਤੇ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਹਾਸਲ ਕਰ ਸਕਦੇ ਹੋ ਸੋ ਉਹ ਸਟੂਡੈਂਟ ਜਿਹੜੇ ਉਦੋਂ एलिਜੀਬਲ ਨਹੀਂ ਹੋਏ ਸੀ ਹੁਣ ਉਹਨਾਂ ਕੋਲ ਮੌਕਾ ਹੈ ਆਪਣਾ ਸਟੱਡੀ ਵੀਜ਼ਾ ਦਾ ਸੁਪਨਾ ਪੂਰਾ ਕਰ ਸਕਦੇ ਆ ਜਾਂ ਜਿਹੜੇ ਸਟੂਡੈਂਟ ਹਲੇ ਡਾਊਟ ਦੇ ਵਿੱਚ ਸੀ ਵੀ ਓਵਰঅল 6 ਇੱਕ ਮੋਡਿਊਲ ਚੋਂ 5.5 ਜਾਂ ਦੋ ਮੋਡਿਊਲ ਚੋਂ 5.5 ਤੇ ਰਿਜ਼ਲਟ ਕਿੱਦਾਂ ਦੇ ਆਉਣਗੇ ਉਹਨਾਂ ਨੂੰ ਹੁਣ ਆਪਣਾ ਡਾਊਟ ਕਲੀਅਰ ਕਰ ਲੈਣਾ ਚਾਹੀਦਾ ਇੱਕ ਚੰਗੇ ਕਾਲਜ ਚ ਸੀਟ ਸਿਕਯੂਰ ਕਰ ਲੈਣੀ ਚਾਹੀਦੀ ਅਗਰ ਆਫਰ ਆਇਆ ਵੀ ਤਾਂ ਆਪਣੀ ਫੀਸ ਭਰ ਲੈਣੀ ਚਾਹੀਦੀ ਕਿਉਂਕਿ ਬੜੇ ਚੰਗੇ ਡਿਸੀਜਨ 5.5 ਵਾਲੇ ਬੱਚਿਆਂ ਦੇ ਆ ਰਹੇ ਆ ਸਟੂਡੈਂਟ ਦਾ ਸਿਰਫ ਇੱਕ ਕੰਮ ਹੈ ਉਸ ਨੂੰ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਚੰਗੇ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈਣੀ ਚਾਹੀਦੀ ਰੈਲੇਵੈਂਸੀ ਦੇ ਨਾਲ ਕੋਈ ਕੰਪਰੋਮਾਈਜ਼ ਆਰਸੀਸੀ ਨਹੀਂ ਕਰਦਾ ਅਗਰ ਤੁਹਾਡੇ 5.5 ਨੇ ਚਾਹੇ ਇੱਕ ਮੋਡਿਊਲ ਚੋਂ ਦੋ ਮੋਡਿਊਲ ਚੋਂ ਕੋਈ ਮਤਲਬ ਨਹੀਂ ਤੁਸੀਂ ਐਸਟੀਐਸ ਚ ਐਲੀਜੀਬਲ ਹੋਗੇ ਬਟ ਅਗਰ ਤੁਸੀਂ ਕਾਲਜ ਜਾਂ ਪ੍ਰੋਗਰਾਮ ਆਪਣੀ ਸਟੱਡੀ ਦੇ ਰੈਲੇਵੈਂਟ ਨਹੀਂ ਲਓਗੇ ਤਾਂ ਉਸ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਫਿਰ ਤੁਹਾਨੂੰ ਰਿਫਿਊਜ਼ਲ ਦਾ ਹੀ ਸਾਹਮਣਾ ਕਰਨਾ ਪੈਣਾ ਸੋ ਇੱਕ ਚੀਜ਼ ਤੇ ਸਮਝਦਾਰੀ ਵਰਤਣਾ ਸਭ ਤੋਂ ਪਹਿਲਾਂ ਤਾਂ ਇੱਕ ਕਾਲਜ ਚੰਗਾ ਲਓ ਉਸ ਤੋਂ ਬਾਅਦ ਪ੍ਰੋਗਰਾਮ ਆਪਣੀ ਪ੍ਰੀਵੀਅਸ ਸਟੱਡੀ ਜਾਂ ਪ੍ਰੀਵੀਅਸ ਵਰਕ ਐਕਸਪੀਰੀਅੰਸ ਦੇ ਅਗਰ ਪਲੱਸ 2 ਕੀਤੀ ਆ ਤਾਂ ਜਿਸ ਸਬਜੈਕਟ ਦੇ ਵਿੱਚੋਂ ਤੁਹਾਡੀ ਪਰਸੈਂਟੇਜ ਚੰਗੀ ਆ ਚਾਹੇ ਨਾਨ ਮੈਡੀਕਲ ਕੀਤਾ ਕਮਰਸ ਕੀਤੀ ਮੈਡੀਕਲ ਕੀਤੀ ਮੈਟਰ ਨਹੀਂ ਕਰਦਾ ਜਿਸ ਸਬਜੈਕਟ ਦੀ ਤੁਹਾਡੀ ਪਰਸੈਂਟੇਜ ਚੰਗੀ ਆ ਉਸ ਦੇ ਰੈਲੇਵੈਂਟ ਆਪਣਾ ਪ੍ਰੋਗਰਾਮ ਲਓ ਤੇ ਉਸ ਨੂੰ ਚੰਗੇ ਤਰੀਕੇ ਨਾਲ ਆਪਣੀ ਐਪਲੀਕੇਸ਼ਨ ਦੇ ਵਿੱਚ ਐਕਸਪਲੇਨ ਕਰੋ ਤੁਹਾਡਾ ਆਲਸਾ ਰਿਜ਼ਲਟ ਚਾਹੇ ਓਵਰਆਲ 6 ਹੈ ਚਾਹੇ ਈਚ 6 ਹੈ ਚਾਹੇ ਪੀਟੀ ਓਵਰਆਲ 60 ਹੈ ਰਿਜ਼ਲਟ ਸਾਰਿਆਂ ਦੇ ਸੇਮ ਹੀ ਆ ਰਹੇ ਆ